ਭੈਣ ਭਰਾਵਾਂ ਨੂੰ ਕੁਚਲ ਗਿਆ ਟਰੱਕ। ਮੌਕੇ ਤੇ ਹੀ ਹੋਈ ਤਿੰਨਾਂ ਦੀ ਮੌਤ। ਇੱਕ ਝਟਕੇ ਵਿੱਚ ਹੀ ਉੱਜੜ ਗਿਆ ਹੱਸਦਾ ਵਸਦਾ ਘਰ। ਤਾਂ ਦੱਸਦੇ ਕਿ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਭੈਣਾਂ ਤੇ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਦੇ ਕਿ ਫਿਰੋਜ਼ਪੁਰ ਦੇ ਵਿੱਚ ਦੇਰ ਰਾਤ ਵੱਡਾ ਹਾਦਸਾ ਹੋਇਆ ਜਿੱਥੇ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸੀ ਜਿੱਥੇ ਇੱਕ ਬੱਚੀ ਦੀ ਤਬੀਅਤ ਖਰਾਬ ਸੀ ਤਾਂ ਉਸਦੇ ਲਈ ਦਵਾਈ ਲੈਣੀ ਸੀ ਤੇ ਬਾਕੀ ਕਿਤਾਬਾਂ ਵੀ ਲੈਣੀਆਂ ਸੀ। ਤਾਂ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਇਹਨਾਂ ਤਿੰਨਾਂ ਨੂੰ ਕੁਚਲ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹੁਣ ਉਹਨਾਂ ਦਾ ਸਾਰਾ ਪਰਿਵਾਰ ਹੀ ਉੱਜੜ ਗਿਆ। ਤਾਂ ਪਰਿਵਾਰ ਦੇ ਨਾਲ ਵੱਡਾ ਭਾਣਾ ਵਾਪਰਿਆ ਜਿੱਥੇ ਇੱਕੋ ਝਟਕੇ ਦੇ ਵਿੱਚ ਇਹਨਾਂ ਦਾ ਪਰਿਵਾਰ ਖਤਮ ਹੋਇਆ। ਤਾਂ ਦੱਸ ਦਈਏ ਕਿ ਬਾਈਕ ਤੇ ਸਵਾਰ ਹੋ ਕੇ ਇਹ ਤਿੰਨੋਂ ਜਾ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਇਹਨਾਂ ਨੂੰ ਟੱਕਰ ਮਾਰਦਾ ਹੈ ਤੇ ਕੁਚਲਦਾ ਹੋਇਆ ਅੱਗੇ ਲੰਘ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਪਰਿਵਾਰ ਦੇ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ। ਤਾਂ ਦੱਸ ਦਈਏ ਕਿ ਕਿਤਾਬਾਂ ਅਤੇ ਦਵਾਈ ਲੈਣ ਦੇ ਲਈ ਜਾ ਰਹੇ ਸੀ ਇਹ ਬੱਚੇ ਤਾਂ ਰਸਤੇ ਦੇ ਵਿੱਚ ਟਰੱਕ ਇਹਨਾਂ ਨੂੰ ਕੁਚਲ ਜਾਂਦਾ ਹੈ ਅਤੇ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੇ ਜੀ 4 ਸੀ। ਅੱਛਾ, ਕੀ ਭਾਣਾ ਵਾਪਰ ਗਿਆ? ਭਾਣਾ ਕਹਿੰਦਾ ਵਾਪਰਨਾ ਸਰ, ਬੱਚਾ ਇੱਕ ਲੜਕੀ ਠੀਕ ਨਹੀਂ ਸੀ, ਉਹਨੇ ਦਵਾਈ ਲੈਣੀ ਸੀ, ਕੁਛ ਆਪਦਾ ਸਕੂਲ ਦਾ ਸਮਾਨ ਲੈਣ ਗਿਆ ਸੀ। 7:15 ਵਕਤ ਆ ਸ਼ਾਮ ਦਾ, ਬੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਆ ਅਤੇ ਗੱਡੀ ਨੇ ਠੇਕ ਸਾਥ ਬੱਚੇ ਤਿੰਨਾਂ ਦੀ ਡੈਥ ਹੋ ਗਈ। ਤਿੰਨਾਂ ਦੀ ਇੱਕ ਥਾਂ 'ਤੇ। ਕੀ ਨਾਮ ਸੀਗਾ ਸੀ ਬੱਚਿਆਂ ਦਾ? ਰਿਤੂ, ਰੇਣੂਕਾ, ਆਰਵ। ਤਾਂ ਹੁਣ ਇੱਕ ਬੱਚਾ ਹੀ ਰਹਿ ਗਿਆ। ਕਿੱਥੇ ਜਾ ਰਿਹਾ ਸੀਗੇ? ਥੋੜ੍ਹਾ ਹੀ 5-2 ਕਿਲੋਮੀਟਰ 'ਤੇ ਜਾ ਰਿਹਾ ਸੀ ਉਹਨਾਂ, ਅੱਜ ਅੱਧਾ ਕਿਲੋਮੀਟਰ ਗਏ ਨੇ ਜੰਗਾਂ ਵਾਲੇ ਮੋੜ 'ਤੇ। ਜੰਗਾਂ ਵਾਲੇ ਮੋੜ 'ਤੇ ਜਾਣਾ ਸੀ ਪਿੰਡ ਪੂਰੇ। ਕੀ ਲੈਣ ਜਾ ਰਹੇ ਸੀਗੇ ਜੀ? ਕਾਪੀਆਂ ਕਿਤਾਬੀਆਂ ਆਪਦੀਆਂ ਅਤੇ ਇੱਕ ਬੱਚੀ ਨੇ ਦਵਾਈ ਲੈਣੀ ਸੀ, ਆਪਦਾ ਸਕੂਲ ਦਾ ਸਮਾਨ ਲੈਣ ਗਏ ਸੀ। ਅੱਛਾ, ਘਰੋਂ ਨਿਕਲੇ ਨੇ ਸਮਾਨ ਲੈਣ ਲਈ ਅਤੇ ਦਵਾਈ ਲੈਣ ਲਈ? ਹਾਂਜੀ, ਗੱਡੀ ਮਗਰੋਂ ਚੜ੍ਹੀ ਹੋਈ। ਗੱਡੀ ਤੇਜ਼ ਰਫ਼ਤਾਰ ਸੀ? ਗੱਡੀ ਜੀ ਤੇਜ਼ ਰਫ਼ਤਾਰ ਤੇਜ਼ ਹੀ ਸੀ ਜੀ। ਕੀ ਮੰਗ ਕਰਦੇ ਸੀਗੇ ਉਹ? ਕਿੰਨਾ ਜੀ? ਇਨਸਾਫ਼ ਦੀ ਮੰਗ ਕਰਦੇ। ਕਾਰਵਾਈ ਹੋਣੀ ਚਾਹੀਦੀ ਉਹਦੇ 'ਤੇ? ਹਾਂਜੀ ਹਾਂਜੀ, ਕਾਰਵਾਈ ਤਾਂ ਹੋਣੀ ਚਾਹੀਦੀ ਜੀ। ਘਰ ਖਤਮ ਹੋ ਗਿਆ? ਦੁਨੀਆ ਖਤਮ ਹੋ ਗਈ ਮੇਰੇ ਤੋਂ ਸਰ। ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ? ਉਹ ਅਸੀਂ ਭੂਰੇ ਕਲਾਂ ਤੋਂ ਆਏ। ਕੀ ਹੋਇਆ, ਕੀ ਹੈ? ਉਹ ਜੰਗਾਂ ਵਾਲੇ ਮੋੜ ਨੂੰ ਜਾ ਰਹੇ ਸੀਗੇ ਜੀ, ਮਗਰੋਂ ਕੈਂਟਰ ਵੱਜਿਆ ਜੀ ਉਹਨਾਂ 'ਤੇ। ਉਹ ਆਪਣੇ ਪਿੰਡੋਂ ਸੀਗੇ ਜੀ, ਗਰੀਬ ਬਿਲਕੁਲ ਘਰਦੇ ਜੀ, ਇੰਟੈਲੀਜੈਂਟ ਮੁੰਡੇ ਨੇ ਜੀ, ਤਿੰਨੇ ਜਵਾਕ ਸੀ ਉਹਨਾਂ ਦੇ, ਦੋ ਗੁੜੀਆ ਸੀਗੇ ਤੇ ਇੱਕ ਮੁੰਡਾ ਸੀਗਾ ਜੀ, 10ਵੀਂ 'ਚ ਮੁੰਡਾ ਹੋਣਾ ਹੋਇਆ ਜੀ, ਗੁੜੀਆ ਹੋਣੀ ਕੋਰਸ ਕਰਦੀਆਂ ਪਈਆਂ ਜੀ। ਕਿਵੇਂ ਹੋਇਆ, ਕੀ ਕਰਨ ਜਾ ਰਹੇ ਸੀਗੇ ਸੀ, ਕਿੱਥੇ ਹੋਇਆ ਹਾਦਸਾ? ਇਹ ਜੰਗਾਂ ਵਾਲੇ ਮੋੜ 'ਤੇ ਤੇ ਪਿੰਡ ਭੂਰੇ ਕਲਾਂ ਦੇ ਵਿਚਾਲੇ ਹੋਇਆ ਜੀ। ਅਸੀਂ ਦਵਾਈ ਦੁਈ ਲੈਣ ਜਾ ਰਹੇ ਸੀ ਗੁੜੀਆ ਦੀ, ਕੈਂਟਰ ਵੱਜਿਆ ਜੀ ਮਗਰੋਂ। ਹਾਂਜੀ ਹਾਂਜੀ, ਤੇਜ਼ ਰਫ਼ਤਾਰ ਸੀ ਉਹਨਾਂ ਦੀ।
ਸਰਕਾਰ ਤੋਂ ਇਹੀ ਮੰਗ ਚਾਹੁੰਦੇ ਆ ਜੀ, ਉਹਨਾਂ ਨੂੰ ਇਨਸਾਫ ਦਵਾਇਆ ਜਾਵੇ, ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਿੱਕਰ ਸਿੰਘ ਹੈ ਜੀ, ਮੈਂ ਪਿੰਡ ਦਾ ਜੀ ਬੀਜੇਪੀ ਵੱਲੋਂ ਹਾਂ ਜੀ।